ਆਪਾਂ ਬਾਈ ਲਈ ਨਿਊਗੋ ਦੀ ਬੱਸ ਤੇ ਪਹੁੰਚ ਗਏ ਮੋਹਾਲੀ ਤੋਂ ਸਿੱਧਾ ਦੇਹਰਾਦੂਨ। ਇਹ ਹੈ ਬਾਈ ਦੇਹਰਾਦੂਨ ਦਾ ਬੱਸ ਸਟੈਂਡ ਤੇ ਆਪਾਂ ਇੱਥੇ ਉਤਰ ਗਏ ਹਾਂ ਤੇ ਹੁਣ ਆਪਾਂ ਇੱਥੋਂ ਲੱਭਾਂਗੇ ਕੋਈ ਐਕਟਿਵਾ ਰੈਂਟਲ ਤੇ ਰੈਂਟਲ ਐਕਟਿਵਾ ਲੈ ਕੇ ਜਾਵਾਂਗੇ ਆਪਾਂ ਸਿੱਧਾ ਇੱਥੋਂ ਮਸੂਰੀ ਤੇ ਤੁਹਾਨੂੰ ਦਿਖਾਉਂਦੇ ਹਾਂ ਅੱਗੇ। ਇੱਥੋਂ ਦੇ ਲਈ ਬਾਈ ਆਪਾਂ ਐਕਟਿਵਾ ਰੈਂਟ 'ਤੇ ਅਤੇ ਆਪਾਂ ਨੂੰ ਮਿਲੀ ਹੈ 600 ਰੁਪਏ ਪਰ ਡੇ ਦੇ ਹਿਸਾਬ ਨਾਲ ਅਤੇ ਪਵਾ ਕੇ ਆਪਾਂ ਟੈਂਕੀ ਫੁੱਲ ਤੇਲ ਦੀ ਅਤੇ ਨਿਕਲ ਗਏ ਮਸੂਰੀ ਵੱਲ ਨੂੰ ਅਤੇ ਦਿਖਾਉਂਦੇ ਹਾਂ ਵੀ ਮਸੂਰੀ ਰਹਿ ਗਿਆ ਉਰੇ ਦੇ ਹੁਣ 11 ਕਿਲੋਮੀਟਰ ਅਤੇ ਆਪਾਂ ਰੁਕੇ ਹਾਂ ਚਾਹ ਪੀਣ। ਐਕਟਿਵਾ ਚਲਾਉਂਦੇ ਚਲਾਉਂਦੇ ਨੀਂਦ ਆਉਣ ਲੱਗ ਗਈ, ਮੈਂ ਚਾਹ ਪੀ ਲਈਏ ਬਸ ਕਰ। ਲੋ ਵੀ ਮਿੱਤਰੋ ਆਪਾਂ ਆ ਗਏ ਹਾਂ ਪਹਾੜੋਂ ਕੀ ਰਾਨੀ ਮਸੂਰੀ ਮੈਂ ਆਪਕਾ ਸਵਾਗਤ ਹੈ। ਲੋ ਜੀ ਆਪਾਂ ਪਹੁੰਚ ਗਏ ਹਾਂ ਮਸੂਰੀ। ਲੋ ਵੀ ਦੋਸਤੋ ਇਹ ਆਪਣਾ ਹੋਟਲ, ਹੋਟਲ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ। ਹੋਟਲ ਦਾ ਨਾਮ ਹੈ ਹੋਟਲ ਪਾਇਨੀਅਰ ਅਤੇ ਬਾਈ ਬਹੁਤ ਸਸਤਾ ਪੈ ਗਿਆ, ਇਹਨੂੰ ਓਯੋ ਤੋਂ ਬੁੱਕ ਕਰਾ ਲਿਓ। ਅਗੋਡਾ ਦੀ ਬੁਕਿੰਗ ਕਈ ਵਾਰ ਅਸੈਪਟ ਨਹੀਂ ਕਰਦੇ, ਆਹ ਦੇਖ ਲਓ ਇਹ ਹੋਟਲ ਪਾਇਨੀਅਰ ਹੋਟਲਸ। ਸੋ ਦੋਸਤੋ ਆਪਾਂ ਕਰ ਲਿਆ ਚੈੱਕ ਇਨ ਰਿਸੈਪਸ਼ਨ 'ਤੇ ਅਤੇ ਹੁਣ ਆਪਾਂ ਚੱਲੇ ਆਪਣੇ ਰੂਮ ਦੇ ਵੱਲ ਨੂੰ ਅਤੇ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਰੂਮ। ਹੋਟਲ ਯਾਰ ਬਾਈ ਬਹੁਤ ਵਧੀਆ ਮਿਲਿਆ ਆਪਾਂ ਨੂੰ ਇਹ, ਅਗੋਡਾ ਤੋਂ ਔਨਲਾਈਨ ਬੁੱਕ ਕਰਾ ਲਿਓ। 700, 800, 850 ਤੱਕ ਦਾ ਮਿਲ ਜਾਂਦਾ, ਓਯੋ 'ਤੇ ਥੋੜ੍ਹਾ ਮਹਿੰਗਾ। ਅਤੇ ਆਹ ਦੇਖੋ ਬਾਈ ਰੂਮ ਵੀ ਬਹੁਤ ਵਧੀਆ ਯਾਰ, ਐੱਲ ਈ ਡੀ ਲੱਗੀ ਹੋਈ ਹੈ, ਡਬਲ ਬੈੱਡ ਲੱਗਿਆ ਹੋਇਆ ਅਤੇ ਚਾਰਜਿੰਗ ਦੇ ਪੁਆਇੰਟ ਵੀ ਨੇ 3 ਵੀ, ਜੇ ਤੁਸੀਂ 2-3 ਬੰਦੇ ਵੀ ਆ ਰਹੇ ਹੋ ਤੁਹਾਨੂੰ ਫੋਨ ਚਾਰਜ ਕਰਨ ਨੂੰ ਕੋਈ ਚੱਕਰ ਨਹੀਂ ਆਊਗਾ। ਪੂਰਾ ਐਨ ਵਧੀਆ ਓਕੇ ਕੰਮ ਹੈ। ਹੋਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਸ਼ੀਸ਼ਾ ਵਗੈਰਾ ਲੱਗਿਆ ਜਿਹੜੇ ਬਾਈ ਪੱਗ ਪੁੱਗ ਬੰਨ੍ਹਦੇ ਹੈ। ਤਾਂ ਬਾਈ ਹੋਟਲ 'ਚ ਚੈੱਕ ਇਨ ਕਰਕੇ ਰੋਟੀ ਪਾਣੀ ਖਾ ਕੇ ਕੈੜੀ ਜੀ ਪੀ ਕੇ ਚਾਹ ਆਪਾਂ ਨਿਕਲ ਗਏ ਪੈਰਾਗਲਾਈਡਿੰਗ ਕਰਨ। ਅਤੇ ਬਾਈ ਪੈਰਾਗਲਾਈਡਿੰਗ ਮੈਂ ਆਪਣੀ ਜ਼ਿੰਦਗੀ 'ਚ ਕਰੀ ਹੈ ਪਹਿਲੀ ਵਾਰ ਅਤੇ ਬਾਈ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ। ਸਾਰੇ ਕਰੋ ਬਾਈ, ਜਿਹੜਾ ਵੀ ਮਸੂਰੀ ਆਇਆ ਜ਼ਰੂਰ ਟਰਾਈ ਕਰਿਓ। ਅਤੇ ਅਸੀਂ ਆਏ ਹਾਂ ਬਾਈ ਇੱਥੇ 2 ਦਿਨਾਂ ਲਈ ਅਤੇ ਅੱਜ ਸਾਡਾ ਪਹਿਲਾ ਦਿਨ, ਅਸੀਂ ਪਹੁੰਚੇ ਹਾਂ ਸ਼ਾਮ ਨੂੰ 3 ਵਜੇ ਅਤੇ ਕੱਲ੍ਹ ਦਾ ਤੁਹਾਨੂੰ ਦਿਖਾਵਾਂਗੇ ਦੂਜੀ ਵਾਲੀ ਵੀਡੀਓ 'ਚ। ਅਤੇ ਬਾਈ ਹੋਟਲ ਦਾ ਇੱਧਰ ਪਿੱਛੇ ਵਾਲਾ ਵਿਊ ਤੁਹਾਨੂੰ ਦਿਖਾਉਣਾ ਪਹਿਲਾਂ ਭੁੱਲ ਗਏ ਸੀਗੇ, ਹੁਣ ਹੋ ਗਈ ਵੈਸੇ ਰਾਤ, ਤੁਹਾਨੂੰ ਹੁਣ ਦਿਖਾ ਦਿੰਦੇ ਹਾਂ। ਤਾਂ ਬਾਈ ਰੂਮ ਤੋਂ ਨਿਕਲ ਕੇ ਪਿੱਛੇ ਇੱਧਰ ਬਹਿਣ ਦਾ ਵੀ ਪੂਰਾ ਏਰੀਆ ਹੈ, ਜਿਨ੍ਹਾਂ ਨੇ ਕੋਈ ਰੋਟੀ ਪਾਣੀ ਖਾਣੀ ਹੈ ਇੱਥੇ ਅੰਦਰ ਬਹਿ ਕੇ ਖਾ ਸਕਦੇ। ਬਾਈ ਸੋਫੇ ਲੱਗੇ ਹੋਏ ਆ, ਟੇਬਲ ਲੱਗੇ ਹੋਏ ਆ, ਅਤੇ ਜਿਹੜੇ ਆਪਣੇ ਜਵਾਕਾਂ ਨਾਲ ਆਏ ਆ ਉਹਨਾਂ ਲਈ ਵੀ ਖੇਡਣ ਤੋਂ ਪਲੇ ਏਰੀਆ ਜਿਹਾ ਬਣਾਇਆ ਹੋਇਆ, ਫੁੱਲ ਬੂਟੇ ਲਾਏ ਹੋਏ ਇਹਨਾਂ ਨੇ ਅੰਦਰ, ਜਾਣੀ ਪੂਰਾ ਓਕੇ ਕੰਮ ਕਰਿਆ ਹੋਇਆ। ਅਤੇ ਜਿਹੜੇ ਬਾਈ ਕੋਈ ਸਿਗਰਟ, ਬੀੜੀ, ਹੁੱਕਾ, ਦਾਰੂ, ਬੀਅਰ ਪੀਣ ਦੇ ਸ਼ੌਕੀਨ ਹੈ ਉਹਨਾਂ ਲਈ ਪਿੱਛੇ ਟੇਬਲ ਲਾਏ ਹੋਏ ਆ ਓਪਨ 'ਚ। ਅਤੇ ਬਾਈ ਆ ਦੇਖੋ ਪਿੱਛੇ ਤੋਂ ਤੁਹਾਨੂੰ ਵਿਊ ਦਿਖਾਉਂਦੇ ਆ ਇੱਧਰ, ਵੈਸੇ ਯਾਰ ਕੈਮਰੇ 'ਚ ਤਾਂ ਉਹ ਚੀਜ਼ ਕੈਪਚਰ ਨਹੀਂ ਹੁੰਦੀ, ਪਰ ਦੇਖੋ ਫਿਰ ਵੀ ਹਲਕਾ ਮੋਟਾ ਜਿਹਾ ਦਿਖਦਾ। ਅਤੇ ਇੱਧਰ ਵੀ ਪਿੱਛੇ ਬਾਈ ਫੁੱਲ ਬੂਟੇ, ਗਮਲੇ ਰੱਖੇ ਹੋਏ ਇਹਨਾਂ ਨੇ ਪੂਰੇ, ਪਤਾ ਨਹੀਂ ਅਸਲੀ ਹੈ ਕਿ ਨਕਲੀ ਹੈ, ਦੇਖਦੇ ਹਾਂ ਪੱਤਾ ਤੋੜ ਕੇ, ਅਸਲੀ ਹੈ ਬਾਈ, ਮਿੱਟੀ ਵੀ ਪਾਈ ਹੋਈ ਹੈ। ਲੋ ਵੀ ਦੋਸਤੋ ਕਰੋ ਦਰਸ਼ਨ ਮਸੂਰੀ ਦੇ ਮੌਲ ਰੋਡ ਦੇ, ਆਏ ਬਈ ਮੌਲ ਰੋਡ, ਅਤੇ ਸਾਡਾ ਹੋਟਲ ਹੈ ਜਿਹੜਾ ਬਾਈ ਮੌਲ ਰੋਡ 'ਤੇ, ਡੋਮੀਨੋਜ਼ ਪੀਜ਼ਾ ਹੈ ਉਹਦੇ ਜਮ੍ਹਾਂ ਸਾਹਮਣੇ ਨੂੰ ਗਲੀ ਜਾਂਦੀ ਹੈ, ਅਤੇ ਤੁਸੀਂ ਲਾ ਲਓ ਜਮ੍ਹਾਂ ਵਾਕਿੰਗ ਡਿਸਟੈਂਸ 'ਤੇ ਹੀ ਹੈ, ਜਮ੍ਹਾਂ ਮੌਲ ਰੋਡ 'ਤੇ ਸੀਗਾ ਅਤੇ ਬਹੁਤ ਸਸਤਾ ਪੈ ਗਿਆ ਬਾਈ। ਅਤੇ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਥੋੜ੍ਹਾ ਜਿਹਾ ਅੱਗੇ ਵਿਊ ਹੈ, ਅਤੇ ਬਾਈ ਇਹ ਜਿੰਨਾ ਵੀ ਤੁਹਾਨੂੰ ਏਰੀਆ ਦਿਖ ਰਿਹਾ ਲਾਈਟਾਂ ਬਲਦੀਆਂ, ਇਹ ਸਾਰਾ ਬਾਈ ਦੇਹਰਾਦੂਨ ਹੈ। ਦੇਖੋ ਪੂਰਾ ਵਿਊ ਆਉਂਦਾ ਰਾਤ ਨੂੰ ਇੱਥੋਂ ਲਾਈਟਾਂ ਦਾ, ਅਤੇ ਬਹੁਤ ਲੋਕ ਖੜ੍ਹੇ ਹੋਏ ਇੱਥੇ, ਫੋਟੋਆਂ ਵੀ ਖਿਚਾ ਰਹੇ ਹੈ। ਸਾਡਾ ਫੋਨ ਨਹੀਂ ਠੀਕ ਯਾਰ, ਚਲੋ ਕੋਈ ਨਾ।